ਦਸਵੀਂ ਕਲਾਸ ਦੇ ਵਿਦਿਆਰਥੀ ਨਿਕਲੇਸ਼ ਨੇ ਸੋਸ਼ਲ ਮੀਡੀਆ 'ਤੇ ਹੋ ਰਹੀ ਵਾਇਰਲ ਐਪ ਮੋਦੀ ਦੇ ਨੋਟ ਨੂੰ ਸਾਬਿਤ ਕੀਤਾ ਹੈ। ਉਸ ਵੱਲੋਂ ਇਸ ਐਪ ਨੂੰ ਫਰਜ਼ੀ ਸਾਬਿਤ ਕੀਤਾ ਗਿਆ। ਦਰਅਸਲ ਐਪ ਨਕਲੀ ਨੋਟ ਨੂੰ ਵੀ ਅਸਲੀ ਦੱਸ ਰਹੀ ਹੈ। जैसा कि आपको पता ही एक नया ऐप आया मोदी की नोट, वहाँ पर ये दावा किया गया है कि अगर नोट असली है तो अगर उस ऐप से अगर मोबाइल से स्कैन करेंगे तो मोदी का लेक्चर स्टार्ट होगा, अगर नोट नकली हुआ तो नहीं होगा। तो मैंने ये ट्राई किया कि इस ऐप गलत है और मैंने ब्लैक एंड वाइट फोटो निकाली प्रिंटर से मोदी के 2000 के नोट की। उसके बाद मैंने जब स्कैन किया उस 2000 के नोट पर भी ये लेक्चर शुरू हुआ और मुझे पता लगा ये गलत ऐप है। तो हमें इस बात का रोष है कि ये प्ले स्टोर जो ऐसे ऐप बनाता है उनको बंद किया जाए और इनको ये लोगों को भ्रम पैदा करते हैं और लोगों को ऐसी चीज़ों को नहीं इस्तेमाल करना चाहिए, क्योंकि लोग ये इस ऐप का लिंक भी एक दूसरे को भेज रहे हैं तो लोगों में अफवाहें फैल रही हैं कि ये ऐप असली है, इससे नोट का पता लगता है। लेकिन ये सब कुछ गलत है, लोगों को इन अफवाहों से बचना चाहिए और सतर्क रहना चाहिए। ਜਿਵੇਂ ਕਿ ਮਾਨਯੋਗ ਪ੍ਰਧਾਨ ਮੰਤਰੀ ਨੇ ਨਵੀਂ ਕਰੰਸੀ ਜ਼ੋਨ ਦੀ ਨੋਟਬੰਦੀ ਤੋਂ ਬਾਅਦ ਲਾਂਚ ਕੀਤੀ ਹੈ ਤਾਂ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ, ਜਿਵੇਂ ਕਿ ਪਹਿਲਾਂ ਇਹ ਕਿਹਾ ਗਿਆ ਕਿ ਨੋਟ ਦੇ ਵਿੱਚ ਚਿੱਪ ਹੈ, ਉਹਦੀ ਡਾਇਰੈਕਸ਼ਨ ਉਸ ਤੋਂ ਬਾਅਦ ਆਈ ਕਿ ਇਹੋ ਜਿਹੀ ਕੋਈ ਚਿੱਪ ਨਹੀਂ ਹੈ। ਉਸ ਤੋਂ ਬਾਅਦ ਇੱਕ ਐਪ ਪਰਸੋਂ ਜਿਹੜਾ ਹੈਗਾ ਸਾਡੇ ਮੋਬਾਈਲ 'ਚ ਵੀ ਅਪਲੋਡ ਕੀਤਾ, ਜਿੱਥੋਂ ਪਤਾ ਲੱਗਿਆ ਕਿ ਜੇ ਇਸ ਐਪ ਨੂੰ ਐਪਲੀਕੇਸ਼ਨ ਆਪਣੇ ਮੋਬਾਈਲ 'ਤੇ ਚਲਾਈਏ ਤਾਂ ਇੱਥੋਂ ਪਤਾ ਲੱਗਦਾ ਕਿ ਨੋਟ ਇਹ ਨਕਲੀ ਹੈ ਜਾਂ ਅਸਲੀ ਹੈ। ਪਰਸੋਂ ਰਾਤ ਜਦੋਂ ਮੇਰੇ ਬੇਟੇ ਨਾਲ ਮੈਂ ਜਦੋਂ ਗੱਲ ਕੀਤੀ, ਕਿਉਂਕਿ ਉਹਦੀ ਇੱਕ ਸੋਚ ਕੰਪਿਊਟਰ ਲਾਈਨ ਕਰਨੀ ਹੈ ਅਤੇ ਬਹੁਤ ਤਰੀਕੇ ਨਾਲ ਉਹ ਇਹ ਚੀਜ਼ਾਂ ਨੂੰ ਬਰੀਕੀ ਨਾਲ ਜਾਂਚ ਕਰਦਾ, ਉਹਨੇ ਇਮੀਡੀਏਟਲੀ ਕਿਹਾ ਕਿ ਪਾਪਾ ਇਹ ਕੋਈ ਵੀ ਜਿਹੜਾ ਮੋਬਾਈਲ ਇਸ ਤਰੀਕੇ ਨਾਲ ਇਹ ਨੋਟ ਨੂੰ ਡਿਟੈਕਟ ਨਹੀਂ ਕਰਦਾ, ਇਹਦੇ ਕੁਛ ਪਾਰਟ ਨੇ ਜਿਹਨੇ ਨੋਟ ਦੇ ਜਿਸ ਵੀ ਜਦੋਂ ਵੀ ਇਹ ਦੇਖੋ ਕੈਮਰਾ ਉੱਥੋਂ ਨਹੀਂ ਜਾਂਦਾ ਤਾਂ ਉਹਨੂੰ ਡਿਟੈਕਟ ਕਰਕੇ ਇਹਦੀ ਮੂਵੀ ਚਲਾਉਣੀ ਸ਼ੁਰੂ ਕਰ ਦਿੰਦਾ ਵੀ ਇਹ ਫੇਕ ਨੋਟ 'ਤੇ ਵੀ ਕੀਤਾ ਹੋ ਸਕਦਾ, ਇਸ ਕਰਕੇ ਇਸ 'ਤੇ ਬਿਲੀਵ ਨਹੀਂ ਕੀਤਾ ਜਾਂਦਾ। ਪਰ ਮੈਨੂੰ ਫਿਰ ਵੀ ਕੀ ਨਹੀਂ ਆਇਆ, ਉਸਨੇ ਆਪਣੇ ਇੱਕ ਗੂਗਲ ਤੋਂ 2000 ਰੁਪਏ ਦੇ ਨੋਟ ਦਾ ਇੱਕ ਪ੍ਰਿੰਟ ਆਊਟ ਕੱਢਣ ਤੋਂ ਬਾਅਦ ਉਸਦੇ ਉੱਤੇ ਵੀ ਉਹ ਐਪਲੀਕੇਸ਼ਨ ਚਲਾ ਕੇ ਦਿਖਾਈ ਅਤੇ ਉਹ ਐਪਲੀਕੇਸ਼ਨ ਮੋਦੀ ਦਾ ਲੈਕਚਰ ਉਸ ਦੇ ਉੱਤੇ ਵੀ ਐਜ ਇਟ ਇਜ਼ ਚੱਲਿਆ ਜਿਵੇਂ ਨੋਟ ਦੇ ਉੱਤੇ ਚੱਲਦਾ, ਜਿਸ ਤੋਂ ਸਾਬਤ ਹੁੰਦਾ ਕਿ 2000 ਦਾ ਨੋਟ ਜਿਹੜਾ ਹੈਗਾ ਇਹ ਇਕੱਲਾ ਉਸੇ 'ਤੇ ਓਰੀਜਨਲ 'ਤੇ ਨਹੀਂ ਚੱਲਦਾ, ਇਹ ਕਿਸੇ ਵੀ ਫੇਕ ਦੇ ਉੱਤੇ ਕੁਛ ਪੁਆਇੰਟਾਂ ਨੂੰ ਦੇਖ ਕੇ ਹੀ ਆਪਣੀ ਮੂਵੀ ਚੱਲਣੀ ਸ਼ੁਰੂ ਹੋ ਜਾਂਦੀ ਹੈ। ਹਾਂ, ਇਹ 500 'ਤੇ ਵੀ ਕਰੇਗਾ, ਖਾਸ ਪੁਆਇੰਟ ਉਹਨਾਂ ਨੇ ਦਿੱਤੇ ਹੋਏ ਨੇ ਉਸ ਪੁਆਇੰਟ ਨੂੰ ਡਿਟੈਕਟ ਕਰਦਾ ਅਤੇ ਉਸ ਤੋਂ ਬਾਅਦ ਇਹ ਮੂਵੀ ਚੱਲਣੀ ਸ਼ੁਰੂ ਹੋ ਜਾਂਦੀ ਹੈ। ਇਹ ਤੋਂ ਕੋਈ ਸਾਬਤ ਨਹੀਂ ਹੋ ਸਕਦਾ ਕਿ ਇਹ ਨੋਟ ਨਕਲੀ ਹੈ ਜਾਂ ਅਸਲੀ ਹੈ। ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।